बिस्मिल्लाहिर्रहमानिर्रहीम, अस्सलाम वालेकुम। जी कैसे हैं सब? उम्मीद करते सब ठीक होंगे। तो और जी मैं लगाने लगी थी मशीन, वॉशिंग मशीन कपड़े। ये भाई फयाज के अब्बास के न्यू सूट है धोने वाले, तो इनके मैडम के काम चेक करे दोनों। हाँ जी, क्या करने लगी हो? मैंने अभी मशीन लगाई नहीं, ये दोनों पहले बैठ गई हैं। और मैं फिर रहन दिया ਕੱਟਾ ਧੋਣੇ ਕੱਪੜੇ। ਅਰੇ ਯਾਰ ਮੈਡਮਾਂ ਬਣ ਕੇ ਪਹਿਲੇ ਬਹਿ ਗਈਆਂ ਨੇ, ਮੈਂ ਇਹਦੇ 'ਚ ਕੁਛ ਲੀਡ ਲਗਾ ਕੇ ਆਉਂਦੀ ਹਾਂ। ਭਾਈ ਪਿਆਜ਼ ਕੇ ਦੋ ਸੂਟ ਨਾ ਵਾਈਟ ਹੈ, ਪਹਿਲੇ ਉਹ ਧੋ ਲੂੰ ਨਾ, ਉਸਕੇ ਬਾਅਦ ਫਿਰ ਨਾ ਬਾਸ ਕੇ ਕਲਰ ਦੱਸੂ ਦੋਨੋਂ। ਇਹ ਕੁੜੀਓ ਪਹਿਲੇ ਆ ਬਈ ਪਿਆਜ਼ ਦੇ। ਇਹ ਨਯਾ ਹੀਰਾ ਗਿਰ ਜਾ ਕੇ ਅਮਨ ਜੀ ਪੈਪ ਬਾਹਰ ਕੱਢਿਆ ਪਰਾ ਹੀਰਾ ਨਯਾ ਅਸੀਂ ਛੱਡਦੇ ਵਿੱਚ ਗਿੱਲੇ ਹੋ ਗਏ ਕੱਪੜੇ। ਮੈਂ ਨਾ ਮਸ਼ੀਨ ਲਗਾ ਰੱਖਣੀ ਹੈ, ਮੈਂ ਕੱਪੜੇ ਸਿਲਾਈ ਕਰ ਰਹੀ, ਮੈਂ ਤਾਂ ਪਹਿਲਾਂ ਤੋਲਾਂ ਫਿਰ ਕਰਾਂਗੀ। ਮੈਂ ਵੀ ਐਵੇਂ ਖੁੱਲ੍ਹਾ ਹੀ ਪਾਇਆ ਡੱਬੇ ਦੇ, ਮੈਂ ਲਿਆ ਕੇ ਸਿੱਖ ਦੇਣਾ ਸੀ ਵਿੱਚ। ਅੰਮੀ ਦੀ ਖੁਸ਼ਬੂ ਸੋਹਣੀ ਹੈ, ਇਹ ਮੂਲੀ ਹੈ, ਇਹ ਖੁਸ਼ਬੂ ਸੋਹਣੀ ਹੈ। ਮੈਂ ਕਿਹਾ ਇੰਨਾ ਪਹਿਲਾਂ ਧੋ ਲੈਂਦੇ ਹਾਂ ਨਾ। ਹਾਂਜੀ ਕੰਮ ਵਾਲੇ ਪਾਉਣੇ ਹੋ ਵਗੈਰਾ, ਤਾਂ ਉਹਨਾਂ ਦੂਗਾ ਪਾ ਦੇਣਾ। ਇਹ ਹੀਰਾ ਨਾਇਆ ਨਾ ਕਰੋ, ਆ ਵੇਖੋ ਕਦੀ ਟੁੱਟੀ ਅਨਾਇਆ ਪਤਮਾ ਖੋਲਦੀ ਕਦੀ ਬੰਦ ਕਰਦੀ। ਕੱਪੜੇ ਧੋਣ ਦਾ ਕੰਮ ਮੁੱਕਿਆ ਹੋਇਆ ਤੇ ਇਸਕੇ ਕੰਮ ਚੈੱਕ ਕਰੇ ਨਾਇਆ ਪਤਮਾ ਕਿ ਅੰਮੀ ਸਾਰੀ ਆਹ ਸਿਰ ਗਿਲਾ ਕਰਦੀ ਕਿ ਅੰਮੀ ਪਹਿਲਾਂ ਨਾਇਆ ਨੇ ਕੀਤਾ ਆਵੇ ਅੱਛਾ ਜੀ ਪਹਿਲੇ ਨਾਇਆ ਫਾਤਮਾ ਨੇ ਸਾਰ ਗਿਲਾ ਕੀਆ ਔਰ ਅਬ ਗਿਲਾ ਕਰ ਰਹੀ ਹੈ। ਇਹ ਨਾਇਆ ਫਾਤਮਾ ਕੰਮ ਦੇਖੇ ਸ਼ਰਾਰਤੀ ਬੱਚੀ, ਪਹਿਲੇ ਇਸਨੇ ਅਬਾਸ ਪਹਿਲੇ ਤੁਹਾਡੀ ਧੀ ਨੇ ਜਿਹੜਾ ਨਾ ਉਹ ਚੂਟੀ ਚੜਾ ਕੇ ਸਿਰ ਥੱਲੇ ਕੀਤਾ ਤੇ ਪਿੱਛੇ ਹੀਰਾ ਹੀ ਲੱਗ ਪਏ ਕਰਨ। ਮੈਂ ਕਿਹਾ ਕਿੱਡੀ ਕਸਮ ਹੈ। ਅੱਛਾ ਆ ਵੇਖੋ ਜੀ ਕੰਮ ਸਾਰੀ ਰਾਤ ਭਿਗੋ ਕੇ ਰੱਖਿਆ, ਮੈਨੂੰ ਇਸਕੋ ਸੁਖਾਨੇ ਕੇ ਲਈ ਨਾ ਤਾਰ ਪੇ ਡਾਲਤੀ ਹੈ। ਅਮਿਤ ਜੀ ਕੇ ਵੀ ਬੜੇ ਪਸੰਦ ਹੈ ਯੇ ਸੂਟ, ਅਮਿਤ ਨੇ ਵੀ ਪਸੰਦ ਕੀਆ। ਭਾਈ ਪਿਆਸ ਕੇ ਕੱਪੜੇ ਧੁਲ ਗਏ ਹੈ ਜੀ, ਇਨਕੋ ਨਿਕਾਲ ਲੈਤੀ ਹੂੰ, ਬਾਕੀ ਅਬਾਸ ਕੇ ਅਬ ਡਾਲਤੀ ਹੂੰ ਨਏ ਕੱਪੜੇ। ਤੋ ਇਹ ਮੇਰਾ ਜੋ ਸ਼ਿਲਿੰਗ ਕਰਕੇ ਡਾਲਾ ਸੀ, ਇਹ ਸੁੱਕ ਗਿਆ, ਇਹ ਵਾਲੇ ਵੀ ਉਤਾਰ ਲੈਤੀ ਹੂੰ, ਅਤੇ ਰਾਤ ਕੋ ਲੈ ਕੇ ਸੋਏ ਤੇ ਉਹ ਵੀ ਉਤਾਰੇ ਅਤੇ ਤਾਰ ਜੋ ਹੈ ਨਾ ਉਹ ਖਾਲੀ ਕਰਕੇ ਨਾ ਫਿਰ ਡਾਲਤੀ ਹੂੰ ਭਾਈ ਪਿਆਸ ਕੇ। ਮੋਟਰ ਚੱਲ ਰਹੀ ਹੈ, ਅਨਾਇਆ ਫਾਤਮਾ ਆਪਣੇ ਪਾਪਾ ਕੇ ਪਾਸ ਅੰਦਰ ਖੇਡ ਰਹੀ ਹੈ, ਅਬਾਸ ਕੋ ਚਾਹੀਦੀ ਕਿ ਆਈ ਹੂੰ
ਬਸ ਅਭੀ ਆਪਣਾ ਕਾਮ ਸ਼ਾਮ ਖਤਮ ਕਰ ਲੀ। ਗੱਡੀਆਂ ਨਾ ਚਲਾ, ਗੱਡੀਆਂ ਨਾ ਚਲਾ ਮੇਰਾ ਸੋਹਣਾ। ਏ ਉਹ ਨੇਲਾ ਜੀ ਬਾਹਰ ਵਿਆਹ ਖੁੱਲੀ ਮੇਰੇ ਕੋਲ, ਉਹ ਲਿਆ ਖਮਾਰ ਇੱਥੇ ਕਾਂਦੇ ਨਾਲ ਹੀ ਬਿਮਾਰ। ਇਹ ਵਾਲ ਚੇਂਜ ਕਰਾਉਣਾ ਇਹਦਾ, ਉਹਦਾ ਵਾਲ ਚੇਂਜ ਕਰਾਉਂਦੇ ਹਾਂ, ਵਾਲ ਲਿਆ ਕੇ ਨਵਾਂ ਪਾਉਂਦੇ ਹਾਂ। ਪੱਪੀ ਨਾਲ ਪਾਣੀ ਡੁੱਲੇਗਾ, ਨਵਾਂ ਹੀ ਕੰਮ ਹੋਏਗਾ। ਪਾਣੀ ਦੇ ਸਿਰ ਡੁੱਲਦੇ ਰਹਿੰਦੇ ਨਾ, ਤਾਂ ਕਰਕੇ ਫਿਰ ਹਾਈਵੇ 'ਤੇ ਜੰਗ ਜਿਹਾ ਲੱਗ ਜਾਂਦਾ ਹੈ। ਹਾਂਜੀ ਪੁੱਤ, ਕਿੱਥੇ ਜਾਣਾ? ਪਰਸੋਂ ਆਪਣੇ ਘਰ ਘੜ ਖੁੱਲੀ ਸੀ, ਸਾਫ ਕੀਤੀ ਆ, ਉਹ ਨੇਰਿਆਂ ਨਾਲ ਕੀਤੀ ਹੈ, ਘੱਟ ਲਗਾ ਨੇਰਾ ਮਾਰਿਆ ਸਾਫ ਕਰਕੇ, ਹਾਈ ਪੱਟ ਕੇ ਤਾਂ ਪਾਣੀ ਮਾਰਦਾ, ਫਿਰ ਤਾਂ ਸਾਫ ਹੋ ਗਿਆ ਪੱਥਰ। ਜੀ ਬੇਟਾ, ਮਨ ਖਤਮ ਹੋ ਗਿਆ, ਪਰਮਾਨੈਂਟ ਟੈਂਕਰ ਖਤਮ ਹੋ ਗਿਆ, ਨਹੀਂ ਜਾਂਦਾ ਹੁਣ ਬਾਹਰ। ਤੂੰ ਕਿੰਨਾ ਤੰਗ ਕਰਦਾ ਮੈਨੂੰ, ਤੰਗ ਨਹੀਂ ਕਰੀਦਾ ਪੁੱਤ, ਤੂੰ ਤਾਂ ਬੀਬਾ ਪੁੱਤ ਮੇਰਾ ਬੀਬਾ। ਟਿਕ 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 ਲੈਣੀ ਟਿਕ, ਚਲੋ ਆ ਲੈ ਟਿਕ 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 ਟਿਕ। ਉਹ ਪਰੇ ਨਾ ਪਹਿਲਾਂ ਪਰੇ ਸਾਨੂੰ ਕਿਹੜਾ ਮਸਲ ਹੋ ਗਿਆ ਜੀ ਬਾਹਰ। ਜੇ ਕਰ ਲਵਾਂ ਪੱਠੇ ਪੂਰੇ ਕਰ ਲਵਾਂ, ਅਤੇ ਫਿਰ ਉਹ ਲੀਡ ਨੀਚੇ ਰੱਖ ਦਿਉ ਟੋਕਰੀ 'ਤੇ, ਤਾਂ ਕਿ ਬਿੱਟੋ ਜਾਂ ਉਹ ਜੰਬੂ ਖਾਨ ਹੱਥ ਨਾਲ ਆ ਲੈਣ। ਹਾਂਜੀ, ਕਿੱਥੇ ਆਉਣਾ? ਇਹ ਖੋਲ ਸਰ ਸੋਨੀ ਬੇਟਾ, ਉਹ ਲਾਲੀ ਪਕੜੀ ਜਾਂਦੀ, ਉਹ ਨਹੀਂ ਉੱਡ ਜਾਣਾ ਚਿੜੀ, ਚੜੀ ਜਾਂਦੀ ਆ ਦੇਖਣਾ, ਅਖੇ ਲੈਣਾ ਉਹਨੇ ਡਿੱਗੀ ਲੈਣਾ ਇੱਥੇ ਉਸ ਪਾਣੀ ਯਾਰ, ਆਹ ਕੋਲ ਬਿਠਾ ਲੈਣ ਇੱਥੇ। ਚਲੋ ਧੋ ਜੇ ਕੱਪੜੇ ਪਾਏ ਨਾ, ਧੋ ਹਲੋ ਪਾਣੀ ਪਾ ਦੋ। ਬੋਲੇ ਮਾਮੂ ਜੀ ਮੇਰੇ ਪੂਲ ਦੇਖ ਲੋ, ਮਾਮੂ ਮੇਰੇ ਪੂਲ, ਮਾਮੂ ਜੀ ਬੋਲੋ, ਮਾਮੂ ਜੀ ਅੱਛਾ ਆ ਜਾ ਮੇਰੇ ਪਾਸ ਚਲੀ ਜਾ ਜਾਓ। ਅੱਛਾ ਜੀ ਨਾ ਫਾਤਮਾ ਕੀ ਮੈਂ ਪੁਨੀਆਂ ਲਗਾਈਆਂ, ਪਹਿਲੇ ਫੁੱਲ ਵਾਲੀ ਲਗਾਈ, ਇਸ ਨੇ ਮੈਂ ਉਤਾਰ ਦਿੱਤੀ, ਤਾਬੀਏ ਵਾਲੀ ਮੈਨੇ ਇਸਕੋ ਲਗਾ ਦੀ ਹੈ। ਇਹਦੇ ਦੇਖੋ ਮੇਰੀ ਫਾਤਮਾ ਰਾਣੀ, ਇਸਕੋ ਮੈਂ ਅਭੀ ਸੁਲਾ ਦਿੱਤੀ, ਨਾਈਆਂ ਕਰਵਾਈ ਹੈ ਇਸਕੀ, ਅਬ ਮੈਂ ਇਸਕੋ ਸੁਲਾ ਕੇ ਫਿਰ ਬਾਕੀ ਦੇ ਕੱਪੜੇ ਦੇਊਂਗੀ। ਚਲੋ ਆ ਜਾਓ ਆ ਜਾਓ। ਨਾ ਫਾਤਮਾ ਆਪਣਾ ਪਾਲੀ ਲੈ ਕੇ ਸੋ ਗਈ ਹੈ, ਚੁਟਕੀਆਂ ਦੇਖੀ ਇਸਕੇ ਸਰ ਕੇ ਉੱਪਰ, ਤੋ ਅਭੀ ਕੱਪੜੇ ਮੈਨੇ ਜਿੰਦੇ ਰੱਖੇ ਤੋ ਰੱਖਦੇ ਕੱਪੜੇ, ਕੁਛ ਦੋ ਰਹੀ ਹੈ ਬਸ, ਨਾ ਦੋ ਸੂਟ ਅਬਾਸ ਕਰਾਂਗੇ ਇੱਕ ਅੱਬੂ ਜੀ ਕਾ, ਔਰ ਜੋ ਮਸ਼ੀਨ ਮੈਂ ਡਾਲਿਆ ਕੰਮੀ ਜੀ ਕਾ, ਔਰ ਇੱਕ ਬਾਈ ਪਿਆਜ਼ ਕਾ, ਤੋ ਜਬ ਤੱਕ ਇਹ ਧੁਲੇਗੇ ਉਤਨੀ ਦੇਰ ਤੱਕ ਨਾ ਮੈਂ ਆਟਾ ਗੂੰਦ ਕੇ ਰੱਖ ਲੂੰ। ਧੁੱਪ ਕਾਫੀ ਜ਼ਿਆਦਾ ਹੋ ਗਈ ਹੈ, ਤਾਂ 10:30 ਵੱਜ ਚੁੱਕੇ ਹੈ, ਬਸ ਐਸੇ ਟਾਈਮ ਗੁਜ਼ਰ ਜਾਣਾ, ਅੱਜ ਤੋਂ ਸਿਲਾਈ ਮਸ਼ੀਨ ਮੁਸ਼ਕਿਲ ਹੈ, ਅਗਰ ਰੱਖੂੰ ਟਾਈਮ ਹੀ ਨਹੀਂ ਮਿਲਣਾ, ਤੋ ਬਸ ਫਿਲਹਾਲ ਮੈਂ ਨਾ ਆਟਾ ਗੂੰਦ ਕੇ ਰੱਖ ਲੂੰ। ਫਾਤਮਾ ਸੋ ਰਹੀ ਹੈ, ਤੋ ਮੈਂ ਬਣਾਉਂਦੀ ਹਾਂ ਆਜ ਗੋਭੀ ਵਾਲੇ ਪਰਾਂਠੇ। ਹਾਂਜੀ
समोसे मंगवाए थे अम्मी जी ने, वो खाए हैं। तो इसके काम चेक करें, ये चाचू फयाज के हैंड फ्री लगा के ना उठा के तुझे लगा रही है, काम इसके चेक करें। ये चाचू क्या, चाचू फयाज पटाइयाँ कर देगा चाचू, करना चलाती है यार कल। अच्छा इन चूड़ियाँ टुटियां से नीचे उठा के ना तो लगी सी करना चलान। बुरी यही ना होवे था चाचू, चाचू कह रहा मेरे दे दो मुझे। सारा ही खोल लो, जरा बस मैं टैंकी जी पा के लूज फोन मार रहा हूँ। टैंकी जी पा लूज फोन दूसरा मार के मेरी ना। हाँ जो दूसरा नहीं पिया वो जरा कहते सी मोटा मोटा वो तो जरा यूरो कैस्टर नहीं जरा कहते सी पैकेट वो पै वो पावा लूज फोन मार दा भी गल बजा मोटा भी ना वो भी कर लो। चलो मैं करो ਉਹ ਨਿਕਾਲ ਉਹ ਅੱਛਾ ਤਾਂ ਨਾ ਇਹਦੇ ਚ ਨਿਕਾਲ ਦੇਣੀ ਹੈ ਨਾ ਇਹਦੇ ਚ ਇਹਦੇ ਵਿੱਚ ਤਰਾ ਫਾ ਦੇਣੀ ਹੈ। ਚਲੋ ਪਾ ਲਓ, ਸ਼ਾਮੀ ਨਾ ਮੈਂ ਇਹਨਾਂ ਦਾ ਹੱਲ ਕਰ ਦਾਂਗਾ। ਬਸ ਠੀਕ ਹੈ ਨਾ, ਹੋਸ ਕਰ ਲਓ ਅਤੇ ਸ਼ਾਮੀ ਫਿਰ ਮੌਸਮ ਸਾਫ਼ ਰਹਿਣਾ ਫਿਰ ਮੈਂ ਤੁਹਾਨੂੰ ਮੱਸੇ ਪਰੇ ਮਾਰਨ ਵਿੱਚ ਪਾ ਕੇ ਮਾਰ ਦੂੰਗਾ। ਨਮਕ ਅੱਛਾ ਵੀ ਗੋਭੀ ਦੇ ਪਰਾਂਠੇ ਬਣਾਉਣ ਲੱਗੀ ਮੈਂ ਵੈਸ਼ ਅੱਬੂ ਜੀ ਵਾਸਤੇ ਵਿਕਾਇਆ ਹੋਣਾ ਅਤੇ ਮੰਜੀ ਨੇ ਸਮੋਸੇ ਬਰਗਰ ਮੰਗਵਾਏ ਸੀ ਉਹ ਖਾ ਲਏ ਅੱਬੂ ਜੀ ਨੇ ਨਹੀਂ ਖਾਧੇ ਸੀ ਫਿਰ ਮੈਂ ਵੈਸ਼ ਨੇ ਹੁਣ ਚਿਕਨ ਆਲੂ ਗੋਭੀ ਸੀ ਅਤੇ ਮੈਂ ਵੈਸ਼ ਕਹਿ ਰਹੀ ਕਿ ਮੈਂ ਫਿਰ ਅੱਬੂ ਜੀ ਨੇ ਉਹਦਾ ਪਰਾਂਠਾ ਬਣਾ ਦਿੰਦੇ ਹਾਂ। ਹਾਂਜੀ ਸਿਆ ਬਣਾ ਇਕੱਠੀ ਕਰਕੇ ਮੈਂ ਮਜੇ ਰੱਖ ਦਿੱਤੀ ਹੈ। ਮੈਂ ਹੁਣ ਚੱਲਾਂ ਮੇਰਾ ਕੈਰੇ ਭਰ ਗਿਆ ਹੁਣ ਬਾਜਰੇ ਲੂਸਨ ਅਤੇ ਬਾਜਰੇ ਨੂੰ ਲੂਸਨ ਭਰਿਆ ਬਾਜਰੇ ਨੂੰ ਛੋੜ ਕੇ ਆਇਆ ਕੈਰੇ ਨੂੰ। ਪਤਾ ਕੀ ਮੌਸਮ ਬਾਹਰ ਬੱਦਲ ਆ ਜਾਂਦਾ ਦੇਖਦੇ ਤਾਂ ਅਗਰ ਹਵਾ ਚਲੀ ਨਾ ਪੱਕਾ ਰਕਬਾ ਆ ਅਤੇ ਬਾਜਰਾ ਲੰਮਾ ਪੈ ਜਾਣਾ ਆ, ਬਾਜਰੇ ਸਿੱਟੇ 'ਤੇ ਪਹੁੰਚਿਆ ਹੋਇਆ ਹੁਣ ਜ਼ਿਆਦਾ ਪਾਣੀ ਨੁਕਸਾਨਦਾਰ ਆ। ਹਾਂਜੀ ਚਿਮਟਾ ਨੀਗਾ ਤੇ ਚੜਦਾ ਪਿਆ, ਚਿਮਟਾ ਨੀਗਾ ਤੇ ਨੀ ਚੜਿਆ ਚਿਮਟਾ ਉਹ ਰੱਖੋ ਨਾ ਜਿਹੜਾ ਸੇਲ ਵਾਲਾ ਚਿਮਟਾ ਤੁਸੀਂ ਉਹ ਰੱਖਿਆ ਹੋਇਆ ਪਕੜ ਲਓ ਜੀ। ਜਲਦੀ ਜਲਦੀ ਪਰੌਠਾ ਬਣ ਜਾਵੇ ਹੈ, ਮੈਂ ਬਾਈ ਦਾ ਕੈਰਾ ਦੇਖਣ ਜਾਣਾ ਇਸ ਲਈ। ਅੱਛਾ ਨਿੱਕੇ ਨਿੱਕੇ ਬਣਾਉਣੇ ਕਹਿੰਦੀ ਪਰੌਠਾ ਜਲਦੀ ਬਣ ਜਾਊਗਾ। ਜਲਦੀ ਜਲਦੀ ਪਰੌਠਾ ਬਣਾ ਲਓ।
ਗੁਜ਼ਾਰਾ ਕੇ ਕੁੱਖਾਂ ਕੱਢੀਆਂ ਸਮੋਸੇ ਬਰਗਰ ਖਾ ਖਾ ਕੇ ਮੈਂ ਪਾਣੀ ਪੀ ਪੀ ਕੱਢੀ ਜਾਂਦਾ ਨਾਲ ਧੁੱਪੇ ਪਾਣੀ ਲਾਉਣ ਜਾਂਦਾ ਨਾ ਪਾਣੀ ਬੜਾ ਪੀਤਾ ਜਾਂਦਾ ਹੈ ਜ਼ਿਆਦਾ ਪਾਣੀ ਪੀ ਪੀ ਪੈਟ ਹੋ ਜਾਂਦਾ ਖਰਾਬ ਫਿਰ ਮੈਂ ਸਿਰਫ ਪੀਣਾ ਆ ਕੇ ਹੁਣ ਡੋਫਲੇ ਮੈਂ ਪਰਸੋਂ ਲੈ ਕੇ ਆਇਆ ਸੀ ਉਹ ਧੁੱਤੋਂ ਵੀ ਹੋ ਗਿਆ ਇੱਕ 290 ਰੁਪਏ ਦਾ ਖੁੱਲ ਜਾਂਦੇ ਆ ਉਹਦਾ ਘਰੇ ਹੈਂ ਤਰੀਕੇ ਕਹਿ ਗਈ ਆ ਚਲੋ ਪਾਣੀ ਜ਼ਿਆਦਾ ਨੀ ਪਾਉਣਾ ਹੈਗਾ ਪੱਕਾ ਰੱਖੋ ਲੰਮਾ ਪੈ ਜਾਣਾ ਅੱਛਾ ਜੀ ਮੈਂ ਉਸ ਨੇ ਪਰਾਂਠਾ ਛੱਡਣਾ ਹੁਣ ਮੇਰੇ ਹੋਰ ਕੰਮ ਥੋੜੇ ਜਾਂ ਭਾਈ ਕਾਲੀ ਪਾਣੀ ਦਾ ਕਰਾ ਮੁੜ ਕੇ ਆ ਦੇਖ ਕੇ ਗੱਲਾਂ ਕਰਨੀਆਂ ਸੌਖੀਆਂ ਨਾ ਬੈਠੀ ਤੇ ਚੁੱਲ੍ਹੇ ਤੇ ਗੈਸ ਤੇ ਮੰਗਾ ਕੁਕਿੰਗ ਕਰ ਫਿਰ ਵੀ ਹਜੇ ਨਖਰੇ ਕਰਦੇ ਆ ਨਹੀਂ ਖਤਮ ਹੁੰਦਾ ਉਹਨੇ ਇਕੱਠੇ ਰੱਖ ਮੋਟਰ ਬੰਨ ਕੇ ਜਿਹੜਾ ਉੱਧਰ ਇੱਕ ਉੱਧਰ ਲਟਕਾ ਕੇ ਨਾ ਤੇ ਉਹਨੇ ਇਕੱਠੇ ਭਰਾ ਕੋਈ ਗੱਲ ਨੀ ਪਰ ਘਰ ਘਰ ਸਿਲੰਡਰ ਦੋ ਹੋਰ ਅੰਬੀ ਜੇਲ ਹੁਣ ਲਾ ਲਾਗਾ ਭਾਬੀ ਨੂੰ ਲਾ ਕੇ ਚੱਕ ਲੈ ਚੱਕ ਲਾ ਲਾਗਾ ਕਹਾਂਗੇ 10 ਮਿੰਟ ਦੀ ਉਧਾਰਾ ਅਸੀਂ ਆਪਣਾ ਭਰਾ ਲਿਆ ਤੱਕ ਜੀ ਬੋਟੀ ਰਹਿ ਗਈ ਸੀ ਕੋਈ ਆਇਆ ਤੁਸੀਂ ਨਾ ਕੰਡਾ ਠੀਕ ਹੋ ਨਾ ਦੂਸਰਾ ਨਹੀਂ ਕੀਤਾ ਉਹਨੂੰ ਕੀ ਕਹਿੰਦਾ ਸਾਈਡਾਂ ਜਿਹੜਾ ਘੁੱਟਦੇ ਆ ਤੁਸੀਂ ਚਮੜਿਆ ਨਹੀਂ ਠੀਕ ਉਹਦੇ ਕਿਨਾਰੇ ਚੰਗੀ ਤਰ੍ਹਾਂ ਨਹੀਂ ਚੰਗੀ ਤਰ੍ਹਾਂ ਨਾ ਦੂਸਰਿਆਂ ਦੇ ਨਾਲ ਘੁੱਟ ਬਸ ਕਰ ਹੁਣ ਉਹਨੂੰ ਵੱਡਾ ਨਾ ਕਰੀਆ ਕੋਈ ਉਸ ਹੱਲ ਲਓ ਜੀ ਮੈਂ ਕਹਿੰਦਾ ਮੈਂ ਕਹਿ ਰਿਹਾ ਤਾਰਾ ਪੌੜਾ ਬਣਾ ਲਾ ਹੁਣ ਚੱਲ ਠੀਕ ਆ ਪਾ ਲਾ ਬਸ ਤਾਰਾ ਬਣਾ ਲਿਆ ਬੁਜੀ ਨੇ ਨਾਲ ਬੁਜੀ ਦੱਸ ਦੇ ਦਿਓ ਮੈਨੂੰ ਪਹਿਲਾਂ ਹੀ ਪਤਾ ਸੌਖੇ ਕੰਮ ਹੋਣਾ ਹੈ ਤਵਾ ਜ਼ਿਆਦਾ ਗਰਮ ਹੋ ਗਿਆ ਕੀ ਖਿਆਲ ਨਾ ਪਿਆ ਕਿ ਜ਼ਿਆਦਾ ਗਰਮ ਹੋ ਬਸ ਕਰ ਨਾ ਕੜੀ ਜਾਂ ਬੜਾ ਲੈ ਮੰਨਣਾ ਨਹੀਂ ਹੈਗਾ ਫਿਰ ਅੱਛਾ ਜੀ ਮੈਂ ਵੈਸ਼ ਨੇ ਪਰੌਂਠਾ ਮਗਰੋਂ ਲਾ ਦਿੱਤਾ ਤੁਸੀਂ ਮੈਂ ਚੱਲਦਾ ਆਪਣਾ ਖਿਆਲ ਬਣਾ ਤੁਸੀਂ ਠੀਕ ਪੈਸਟ ਕਰਕੇ ਨਾ ਸੋਹਣਾ ਕਰਕੇ ਬਣਾ ਕੇ ਨਾ ਦੇਖਣਾ ਪੈਣਾ ਹੋਊਗਾ ਖਾ ਦੇ ਮੈਂ ਵੀ ਸੋਹਣਾ ਪ੍ਰਭ ਕਰ ਲੈਂਦੀ ਹੈ ਸ਼ਿਮਲਾ ਦੀ ਗੱਲ ਕਿਹੜੀ ਹੈ ਮੈਂ ਲੋ ਜੀ ਪਰੌਂਠਾ ਹੁਣ ਆਪਣੇ ਕੋਲ ਖਰਾਬ ਹੋਇਆ ਹੁਣ ਇਹ 'ਚ ਵੀ ਮੇਰੀ ਗਲਤੀ ਆ ਸੁਬਹਾਨ ਅੱਲਾ ਸਿਆਣੀ ਦੀ ਲਾਂਡੀ ਦੇ ਜਿਹੜਾ ਮੂੰਹ ਕਰਿਆ ਇਹਨੂੰ ਹੱਸੀ ਹੋ ਯਾਰ ਪਰੌਂਠਾ ਖਰਾਬ ਕਰਕੇ ਮੈਂ ਵੈਸੇ ਨਾ ਪਰੌਂਠਾ ਮੈਂ ਤਾਂ ਨਹੀਂ ਖਾਣਾ ਤੂੰ ਛੰਡ ਮੈਂ ਨਹੀਂ ਖਾਣਾ ਆਪ ਹੀ ਖਾਣੀ ਮੈਂ ਆਪਣਾ ਕੈਰਾ ਬਣਾ ਚੱਲਾਂ ਅੱਲਾ ਹਾਫਿਜ਼ ਜੀ ਫਿਰ ਮਾਸ਼ਾਅੱਲਾ ਜੀ ਸ਼ਿਵਰਾ ਪਰਾਠਾ ਸਹੀ ਬਣ ਗਿਆ ਮੈਂ ਬਸ ਨਾ ਜਲਦੀ ਕੇ ਚੱਕਰ ਮੈਂ ਮੈਨੇ ਕੋਸੇ ਕੋ ਪਹਿਲੀ ਦਫ਼ਾ ਪਰਾਠਾ ਬਣਾਇਆ ਬਸ ਜਲਦੀ ਕੇ ਚੱਕਰ ਮੈਂ ਜੋ ਹੈ ਨਾ ਉਹ ਮੇਰੇ ਸਿੱਸੇ ਨਹੀਂ ਬਣਾ ਅੱਪੀ ਅੱਬਾਸ ਚਲੇ ਗਏ
ਅਭੀ ਦਿੱਤੀ ਹੈ ਬੱਚੀ ਕੋ ਚੁਲੇ ਕੀ ਥੋੜੇ ਆਂਚ ਹੈ ਨਾ ਕੰਮ ਕਰ ਦਿੱਤੀ ਇਸਮੇਂ ਲਗਾਤੀ ਸੀ ਕੋਈ ਸੀ ਘੀ